अस्सलामुअलैकुम वरहमतुल्लाह। बहुत बुतरबार वाला अल्लाह ने दफा ये मस्जिद दे अंदर आवण की तौफीक अता फरमाई है। मोहब्बत प्यार ना दरुद पाक पढ़ो सारे अल्लाह उस्ताद उलमा हजरत मौलाना मोहम्मद अशरफ साहब नामत बरकात आलिया दी पुरजोर फरमाइश और उन्होंने हुक्म के उत्ते अल्लाह ने हाजिरी की तौफीक बख्शी है। पहले कारी अब्दुल लतीफ साहब बड़े आसान अंदाज के अंदर खिताब पे फरमाते हैं। दोस्तों अपने मौजू को पहले तो सारे मामे का मौजू टाइम हजरत का नहीं दसा मेरी मर्जी हो सी। सब तो पहले रब की शान सोने नबी की शान साहबा की शान आहले बैत की शान मौजू है चार कि मौजू है मैं हूँ मेरी दिल की ख्वाहिश जुड़ी है बड़ी मुद्दत बाद में आया ओह मुद्दत बाद मेरा रूह है मैं पढ़ रहा हूँ मैं गुबारे नहीं है दिखा सिर्फ दिल्ली ना हट जाता हट जाता माशाल्लाह हजरत रजमा बाजो के इंशाल्लाह मोहब्बत ना दरुद पाक पढ़ो सारे हजरत नारे तकबीर नारे तकबीर ताजदार खत्मे नबूवत ताजदार खत्मे नबूवत शान मोहम्मद मुस्तफा अजमत मोहम्मद मुस्तफा शान सहाबा अजमत सहाबा शान आहले बैत शान आहले बैत नारे तकबीर बाबा जबरदस्त दुरूद हे वाहिद रब लजपाल सखी हे वाहिद रब लजपाल सखी बिठ रोजी रोज मंडेदा कोई मंगे या ना मंगे तो बिन मंगिया रिजक देदा ते तोड़े जितना कोई बदकार होवे अवे दर ते नहीं हटके दा ते उंदे वांगों जगते कोई नहीं खाकी है पाक नबी फरमेदा ते ओ कुल हो वल्ला ये रब कल्हा उंदा ना कोई मां प्यो जाया उंदे रिश्तेदार ते ना कई बीवी अपना पुत्र बनाया ते हे बेपरवाह उस रब तू कहीं ना सोरी कुछ मनवाया जै खुद पैगंबरानों खाकी हे कई कई साल रवाया तम आखना चाहता सब नू सखी दाता रब रहमान सारी मखलूक दा ओ रख दे ध्यान सब नू सखी दाता रब रहमान सारी मखलूक दा ओ रख दे ध्यान सारी मखलूक दा ओ रख दे ध्यान सब नू सखी दाता रब रहमान सारी मखलूक दा ओ रख दे ध्यान सारी मखलूक दा ओ रख दे कौन फया कौन उदा हुकुम है चलदा 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 है
ਬੰਜਰ ਜ਼ਮੀਨ ਉੱਤੇ ਬਾਰਿਸ਼ਾਂ ਵਸੇਂਦਾ ਏ ਬਾਰਿਸ਼ਾਂ ਵਸਾਉਣ ਵਾਲਾ ਕੌਣ ਅੱਛਾ ਕਰ ਸੋਜਾ ਅੱਲਾ ਅੱਲਾ ਕੇ ਜੀ ਸੋਹਣੀ ਤੇ ਖੁਸ਼ਕਿਸਮਤ ਰਾਤ ਏ ਅੱਲਾ ਬਖਸ਼ਿਸ਼ ਵਾਲੀ ਰਾਤ ਏ ਤੈਨੂੰ ਗਵਾਹ ਬਣਾ ਕੇ ਆਂਦੇ ਸਭ ਕੁਝ ਤੂੰ ਏ ਤੇਰੇ ਬਗੈਰ ਕੋਈ ਕਹਿਵੀ ਸ਼ੇਰ ਪੇਸ਼ ਕਰਨਾ ਚਾਹੁੰਦਾ ਬੰਜਰ ਜ਼ਮੀਨ ਉੱਤੇ ਬਾਰਿਸ਼ਾਂ ਵਸੇਂਦਾ ਏ मिट्टी विच सद के रहंदे ओ दाना दाना मिट्टी विच सद के रहंदे ओ ਤਿੱਤਰ ਬਟੇਰੇ ਤੇ ਕਬੂਤਰਾਂ ਦਾ ਟੋਲੀਆਂ ਤਿੱਤਰ ਬਟੇਰੇ ਤੇ ਕਬੂਤਰਾਂ ਦਾ ਟੋਲੀਆਂ ਚਿੜੀਆਂ ਕੋ ਚੋਗ ਦੇ ਕੇ ਸੁਣਦਾ ਹੈ ਬੋਲੀਆਂ ਚਿੜੀਆਂ ਕੋ ਚੋਗ ਦੇ ਕੇ ਸੁਣਦਾ ਹੈ ਬੋਲੀਆਂ ਸਾਕੀ ਉਹਦੀ ਸ਼ਾਨ ਉੱਤੋਂ ਤੀਵਾ ਕੁਰਬਾਨ ਸਾਰੀ ਮਖਲੂਕ ਦਾ ਉਹ ਰੱਖਦਾ ਧਿਆਨ ਸਾਕੀ ਉਹਦੀ ਸ਼ਾਨ ਉੱਤੋਂ ਤੀਵਾ ਕੁਰਬਾਨ ਸਾਰੀ ਮਖਲੂਕ ਦਾ ਉਹ ਰੱਖਦਾ ਧਿਆਨ ਸਭ ਦਾ ਨੂੰ ਸਖੀ ਦਾ ਤਰਬ ਰਹਿਮਾਨ ਸਾਰੀ ਮਖਲੂਕ ਦਾ ਉਹ ਰੱਖਦਾ ਧਿਆਨ ਸੁਣ ਜ਼ਿਕਰ ਸਈਦਾ ਆਕਾ ਦਾ ਸੁਣ ਆਕਾ ਦਾ ਜ਼ਿਕਰ ਸੁਣ ਕੇ ਮੂਮਿਨ ਦਾ ਈਮਾਨ ਤਾਜ਼ਾ ਥੀਂਦੇ ਮੇਰਾ ਤਾਂ ਈਮਾਨ ਏ ਮੇਰਾ ਯਕੀਨ ਏ ਜਿਹੜਾ ਨਬੀ ਦੇ ਹੱਕ ਚ ਬੋਲੇ ਮੈਂ ਈਮਾਨ ਨਾਲ ਆਦਾ ਅੱਜ ਨਬੀ ਤੇ ਨਬੀ ਦੇ ਸਾਹਬਾ ਆਲੇ ਬੈਤ ਦੇ ਹੱਕ ਚ ਬੋਲ ਗਏ ਕੱਲ ਕਿਆਮਤ ਦੀ ਦਿਮਾਰ ਸੀ ਨਬੀ ਵੀ ਤੇਰੇ ਹੱਕ ਚ ਬੋਲੇ ਸੀ ਸਿੱਦੀਕ ਤੇ ਅਲੀ ਵੀ ਤੇਰੇ ਹੱਕ ਚ ਬੋਲੇ ਸਨ ਆਖਣਾ ਚਾਹੁੰਦਾ ਸੁਣ ਜ਼ਿਕਰ ਸਈਦਾ ਬਹੁਤ ਹੀ ਮਕਬੂਲੇ ਜ਼ਮਾਨਾ ਕਲਾਮ ਸੁਣ ਜ਼ਿਕਰ ਸਈਦਾ ਮਿਲ ਸੀ ਸਵਾਬੇ 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 ਸੁਣ ਜ਼ਿਕਰ ਸਈਦਾ ਅਰਬ ਦੀ ਧਰਤੀ ਜਦ ਚੜੀਆਂ ਅਰਬ ਦੀ ਧਰਤੀ ਤੇ ਜਦ ਰੋਸ਼ਨੀ ਚਾਰ ਚੌਧਾਰ ਹੋ ਗਈ ਉੱਠੀ ਕਿਰਨ ਜਦੂਰ ਨਬੂਵਤ ਦੀ ਕੈਸਰ ਦੇ ਕਸਰ ਚੋਂ ਪਾਰ ਹੋ ਗਏ ਤੇ ਬੁੱਤ ਖਾਨਿਆਂ ਵਿੱਚ ਹੋਇਆ ਲਰਜ਼ਾ ਤਾਰੀ ਬੁੱਤ ਖਾਨਿਆਂ ਵਿੱਚ ਹੋਇਆ ਲਰਜ਼ਾ ਤਾਰੀ ਹਰ ਜਾ
ਸਿਆਰ ਸਹੀ ਦੀਆਂ ਧੁੰਮਾ ਤਾਹਿਰ ਹਰ ਜਾ ਸਰਕਾਰ ਸਰਕਾਰ ਹੋ ਗਈ ਸੁਣ ਜ਼ਿਕਰ ਸਹੀ ਦਾ ਮਿਲਸੀ ਸਵਾਬੇ ਸੁਣ ਜ਼ਿਕਰ ਸਹੀ ਦਾ ਮਿਲਸੀ ਸਵਾਬੇ ਸੁਣ ਜ਼ਿਕਰ ਸਹੀ ਦਾ ਮਿਲਸੀ ਸਵਾਬੇ ਸ਼ਾਇਰ ਨੇ ਇੱਕ ਸ਼ਾਇਰ ਨੇ ਚੰਦ ਨਾਲ ਹਾਲ ਵੰਡੇ ਇਹ ਪੁੱਛਣਾ ਕਰਦੇ ਆਦੇ ਵੇ ਅਸਮਾਨੀ ਚੰਨਾ ਹਾਲਤ ਦੇ ਤੈ ਸਾਕੂ ਈਦਾਂ ਕਰਾਇਆ ਲੋਕਾਂ ਨੂੰ ਈਦਾਂ ਕਰਾਇਆ ਤੇ ਆਪ ਵੀ ਕਦੇ ਈਦ ਕੀਤੀ ਏ ਕੋਈ ਨਾ ਤੇਰੀ ਮੁਹੱਬਤ ਨੂੰ ਜਗਾਉਣ ਵਾਸਤੇ ਆਖਣਾ ਚਾਹੁੰਦਾ ਚੰਨ ਨੇ ਜਿਹੜਾ ਜਵਾਬ ਦਿੱਤੇ ਸ਼ਾਇਰ ਲਿਖਦੇ ਆਦੇ ਮੈਂ ਪੁੱਛਿਆ ਈਦ ਦੇ ਚੰਨ ਕੋਲੋਂ ਨਬੀ ਦੇ ਆਸ਼ਕੋ ਉੱਚੀ ਸੁਭਾਨ ਅੱਲਾਹ ਬਲਕਿ ਆਖਾਂ ਨਜ਼ਰ ਅੱਲਾ ਨਿਆਜ਼ ਅੱਲਾ ਆਖੋ ਸੁਭਾਨ ਅੱਲਾ ਮੈਂ ਪੁੱਛਿਆ ਅੱਲਾ ਵਾਸਤੇ ਮੇਰੇ ਤਖਯਲ ਨੂੰ ਸਾਹਮਣੇ ਰੱਖੋ ਮੇਰੀ ਗੱਲ ਨੂੰ ਪਚੇ ਸੋ ਨਾ ਮੈਂ ਵਜਾ ਜ਼ਾਇਨ ਕਰਨ ਦੇਸੋ ਮੈਂ ਪੁੱਛਿਆ ਈਦ ਦੇ ਚੰਨ ਕੋਲੋਂ ਤੇ ਕਿਸੇ ਤੈਨੂੰ ਵੀ ਈਦ ਕਰਾਈ ਹੈ ਚੰਨ ਆਖਿਆ ਸੋਹਣੇ ਸੁਣ ਜ਼ਿਕਰ ਸਹੀ ਦਾ ਮਿਲਸੀ ਸਵਾਬੇ ਸੁਣ ਜ਼ਿਕਰ ਸਹੀ ਦਾ ਮਿਲਸੀ ਸਵਾਬੇ ਸੱਚਾ ਇਸ਼ਕ ਹੋਵੇ ਤਲਸੀ ਅਜ਼ਾਬੇ ਤਲਸੀ ਅਜ਼ਾਬੇ ਸੁਣ ਜ਼ਿਕਰ ਸਹੀ ਦਾ ਮੇਰਾ ਕੀਦਾ ਮੇਰਾ ਨਾ ਮੇਰੀ ਦਾ ਕੀਦਾ ਕੁਝ ਵੀ ਨਾ ਹੁੰਦਾ ਹੁੰਦੇ ਨਾ ਆਕਾ ਕੁਝ ਵੀ ਨਾ ਹੁੰਦਾ ਕੁਝ ਵੀ ਨਾ ਹੁੰਦਾ ਕੁਝ ਵੀ ਤਲਸੀ ਅਜ਼ਾਬੇ ਸੁਣ ਜ਼ਿਕਰ ਸਹੀ ਦਾ ਮਿਲਸੀ ਸਵਾਬੇ ਸੁਣ ਜ਼ਿਕਰ ਸਹੀ ਦਾ ਮਿਲਸੀ ਸਵਾਬੇ ਸਾਰੇ ਨਬੀ ਸ਼ਾਨ ਵਾਲੇ ਸਾਰੇ ਨਬੀ ਉੱਚੇ ਮਕਾਮ ਵਾਲੇ ਸਾਰੇ ਨਬੀ ਇੱਜ਼ਤ ਵਾਲੇ ਅਜ਼ਮਤ ਵਾਲੇ ਮਗਰ ਮੇਰਾ ਮੁਹੰਮਦ ਕਰੀਮ ਸਭ ਤੋਂ ਉੱਚੀ ਸ਼ਾਨ ਮੇਰਾ ਮੁਹੰਮਦ ਕਰੀਮ ਸਭ ਤੋਂ ਉੱਚੀ ਸ਼ਾਨ ਵਾਲਾ ਸ਼ੇਰ ਪੇਸ਼ ਕਰਨਾ ਚਾਹੁੰਦਾ ਕੁਲ ਅੰਬੀਆ ਤੇ ਆਕਾ ਦਾ ਰਾਜੇ ਐ ਬਹੁਤ ਹਸੀਨ ਜਹਾਨ ਉਤੇ ਐ ਬਹੁਤ ਹਸੀਨ ਜਹਾਨ ਉਤੇ ਤੇ ਮੇਰੇ ਆਕਾ ਦੇ ਵਾਂਗੂ ਹਸੀਨ ਕਿੱਥੇ ਕਈ ਦਿਲਕਸ਼ ਚਿਹਰੇ ਪਾਦਾਦ ਗਏ ਵਾਂਗੂ ਆਕਾ ਦੇ ਮਹਾਜਬੀਨ ਕਿਤੇ ਤੇ ਬਹੁ ਸੱਚੇ ਜਗਤੇ ਆਂਦੇ ਰਹਿ ਗਏ ਪਰ ਸਾਦਕ ਔਰ ਅਮੀਨ ਕਿਥੇ ਬਹੁ ਫਰਕ ਕਬੀਮ ਹਬੀਬ ਚਿੰਤਾ ਹੈ ਕਿਤੇ ਤੂਰ ਤੇ ਅਰਸ਼ ਮਰੀਨ ਕਿਤੇ ਕੁਲ ਅੰਬੀਆ ਤੇ ਆਕਾ ਦਾ ਰਾਜੇ ਕੁਲ ਅੰਬੀਆ ਤੇ ਆਕਾ ਦਾ ਰਾਜੇ ਕੁਲ ਅੰਬੀਆ ਤੇ ਆਕਾ ਦਾ ਰਾਜੇ ਖਤਮੇ ਰਸੂਲ ਦਾ ਆਇਆ ਪਾਕੇ ਤਾਜੇ ਖਤਮੇ ਰਸੂਲ ਦਾ ਆਇਆ ਪਾਕੇ ਤਾਜੇ ਹਾਂ ਖਤਮੇ ਰਸੂਲ ਦਾ ਆਇਆ ਪਾਕੇ ਤਾਜੇ ਹਾਂ ਕਰਵਾ ਦੋ ਖਤਮੇ ਰਸੂਲ ਦਾ ਆਇਆ ਪਾਕੇ ਤਾਜੇ
दरवाजो आखना चाहता करे हुण जो दावा 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 आखो कसावे करे हुण जो दावा आखो कदा जग आखो कसावे आखो कसावे करे हुण जो दावा आखो कदा बे तू ते कलाम सुन दे तू कलाम जरे सुन दे कलाम तू ना सुना कर ख्याल कित कर कई कलाम के अंदर शिरक होंदे कई च बिदत होंदी है कई च रस्म होंदी है कई च रिवाज होंदे आ मैं तनु खेंदुना कुरान दे दरवाजे ते अल्लाह दा कुरान दसदे क्या रख होब नबी दी कुरान की आयत का तर्जुमा पिया पढ़ता बड़ी जिम्मेदारी के नाल अपने आका बली दे सके ते रख होब नबी दी हांगल वालो अगर जन्नत में जाने का इरादा हो तमामी का आको सुभान अल्लाह अगर जन्नत में जाने का इरादा हो तमामी का गले में डाल दो तो मुहम्मद की गुलामी का शेर पेश करना चाहता समझ आ बंदे दुआ भी परमे सो हौसला सही परमा के हक जाके सुभान अल्लाह सो रख होब नबी दी सुन जिक्र सईदा मिलसी सवाबे सुन जिक्र सईदा मिलसी सवाबे सच इश्क होवे तलसी आजाबे तलसी आजाबे मेरे दोस्तों तवज्जो करे सो आखरी गाल पेश करना चाहना ई कलाम दी मेरा कीदा मेरा काबरी दा कीदा गाल तो थोड़ी जी कौड़ी है मगर करना फर्ज समझदा रोजे दे अंदर रोजे दे अंदर मेरा अकीदा मेरे अकाबरी दा अकीदा आंगण वालो जना इयो अकीदा होवे अच्छा के इजहार करे सी रोजे दे अंदर गाल तू समझ सो समझ के बल जवाब दे सो रोजे दे अंदर सही पा हयात अकीदा हयात नबी अकीदा हयात नबी रोजे दे अंदर सुनो हयात नबी दे मुनकर ना फिक्र अदना ना बात अदनी मजार दे विच खुदा दी कसम है मुस्तफा दी हयात बदनी और परे दी सलवात हर कहीं दी मलाइका है पूछे दे अंसर पढ़े जो इंदल मजार बन के दरूद सुनता है आप मदनी और फरिश्ते सकू सुनाती वेदन फरिश्ते साकू सुनाती वेदन ते नाल सीने ते लाकी वेदन रुमाल रेशम दे विच बलहेती दरूद सादे पुचाती वेदन रोजे दे अंदर सही बाहयाते मेरा दोस्त महकाल मजीद
मजाक करके आखना चाहना रसूल पाक हयात दा है नबी हयात तो ममात दा है नबी नु फिल कब्र मुर्दा आखे ने फतवा कई बार हयात दा रोजे हाथ खड़ा चक्रो मार का जड़े नाराज थे बैठे हुए अग तो सुबह करार बड़ा सोना
मैं खाक अली दी जुतियां दी
مرشد علی ہوئے سبحان اللہ ہوا کے اے ساتھ علی کی جتیاں دی تے میرا مرشد پاک علی سن اس خاتون دا شوہر ہے جڑی پاک رسول دی تھی شہر دا باب علی اس علم دا شہر نبی جنا خواب دے وچ دیدار اپنے دی دیتی طاہر نو چھلکی لکھتا سین سلاما کا میں کربل والے پیرانو لکھتا سین سلاما کربل والے پیرانو سید پاک نواسانو سید پاک نواسانو زارا دے بدر منیرانو لکھتا سین سلاما کا میں کربل والے پیرانو سن میرا گیدہ وزاد کرنا چاہتا جائے آل دے خونج ہتھ رگیا جائے آل دے خونج ہتھ رگیا جائے آل دے خونج ہتھ رگیا علماء دیوبندہ علماء دیوبندہ نظریہ کی سوچ سن جائے آل دے خونج ہتھ رگیا دھرتی دابوں بدبختے فتیاب حضور دے شہزادے کدی ابن زیاد شکستے دیکھتے ابن زیاد شمرتے حرمل دیکھتے رہ گئی سلطنتے اکہونن بے کھنوانیاں تاہر اکہونن فردوس حسین دا تختے تازین سلاما کا میں کربل والے پیرانو کوپیاں دو کھیلال بلا کے آل نبی تربا چھوڑے کوپیاں دو کھیلال بلا کے آل نبی تربا چھوڑے بارش کر کے تیران دی ایک نازے بارش کر کے تیران دی ایک نازے وچ زخما چھوڑے بارش کر کے تیران دی ایک نازے وچ زخما چھوڑے سید پیش کرے داری ہاں سوچو صاحب ربیبیاں خیمیاں اندر میں بے عبادت رہ گیاں صاحب ربیبیاں خیمیاں اندر میں بے عبادت رہ گیاں صبر شکر تے نفل پڑے تے میں بے تلاوت رہ گیاں صبر شکر تے نفل پڑے تے میں بے تلاوت رہ گئیاں دوچو صبر شکر تے نفل پڑے تے میں بے تلاوت رہ گئیاں کیوں پردے چون نہیں باہر آنا پردے چون نہیں باہر آنا پردے چون نہیں باہر آنا تسگیہ شاہ ہم شیرانو لکھتا سین سلاما کا میں کربل والے پیرانو لکھتا سین سلاما کا بدگان مقامنا چاہنا جرا آل عبادت ظلم تھے
ظلم تھے اوندی زیر زبر شدمت کہنی جڑا راوی مطلب ہے کرام تو جو پرویر سے جڑا راوی ظلم کو دہدا رہے ای راوی دی کوئی جد کہنی کیونکہ او کس دے پئے او کس دے پئے ظلم دی کوئی سرحد کہنی طاہر سب دا دیوانہ مولا علی دا شہدائی تے حسن حسین دا پروانہ مولا علی دا شہدائی تے حسن حسین دا پروانہ مولا علی دا شہدائی تے حسن حسین دا پروانہ کر منظور غلامی مولا کر منظور غلامی مولا مابت کر تکسیرانو لکتا سیل سلام آتا میں کر بل بالیا پیرانو سونا 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 نام ہے معاویہ تیرے نام نو سلام ہے معاویہ تیرے نام نو سلام ہے معاویہ سونا 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 نام ہے معاویہ تیرے نام نو سلام ہے معاویہ تیرے نام نو سلام ہے بھائی قرآن دی کتابت جپائیے بھائی قرآن دی کتابت جپائیے حسن دے داد جائے خلافت چھکائیے حسن دے داد جائے خلافت چھکائیے او حضور دا غلام ہے معاویہ تیرے نام نو سلام ہے معاویہ تیرے نام نو سلام ہے معاویہ ساری جدت سادے ہن سا صحابہ ساری جدت سادے ہن سا صحابہ ساری جدت سادے ہن سا صحابہ بہوا صحابہ واہ واہ صحابہ اچھا کیا کھتا سادے واہ واہ صحابہ ساری جدت سادے ہن سا صحابہ ساری جدت سادے ملکی آنکھو بابا صاحب